ਦਿੜਬਾ ਵਿਖੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਗਤ ਦਰਸ਼ਨ ਦੌਰਾਨ 14 ਮਈ ਨੂੰ ਅਨਾਊਂਸ ਕੀਤੇ ਗ੍ਰਾਂਟਾਂ ਦੇ ਚੈੱਕ ਪਾਰਲੀਮਨੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਅਗਵਾਈ ਵਿੱਚ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਹਲਕੇ ਦੀਆਂ ਵੱਖ ਵੱਖ 30 ਪੰਚਾਇਤਾਂ ਨੂੰ 56 ਲੱਖ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਢੀਂਡਸਾ ਨੇ ਹਲਕੇ ਦੇ 5 ਸਰਪੰਚਾਂ ਤੋਂ ਇਲਾਵਾ ਅਕਾਲੀ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਆਪ ਆਗੂ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਜਰੀਵਾਲ ਹਰਿਆਣੇ ਦੇ ਜੰਮਪਲ ਹਨ ਤੇ ਉਹ ਪਾਣੀਆਂ ਦੇ ਮੁੱਦੇ ਤੇ ਗੰਦੀ ਰਾਜਨੀਤੀ ਕਰ ਰਹੇ ਨੇ ਅਤੇ ਕਾਂਗਰਸ ਕੋਲ ਪੰਜਾਬ ਨੂੰ ਬਦਨਾਮ ਕਰਨ ਤੋਂ ਇਲਾਵਾ ਕੋਈ ਮੁੱਦਾ ਹੀ ਨਹੀਂ। ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਅਨਾਊਂਸ ਕਰਕੇ ਗਏ ਸੀ 30 ਪੰਚਾਇਤਾਂ ਨੂੰ ਅੱਜ 3,56,000 ਦਿੱਤੇ ਨੇ 40%, ਲੇਕਿਨ ਉਹਨਾਂ ਦਾ ਮਨਜ਼ੂਰ ਹੋ ਗਿਆ 7,59,000 ਇਹਨਾਂ ਦਾ ਜਿੰਨਾ ਅਨਾਊਂਸ ਕੀਤਾ ਸੀ ਉਹਨਾਂ ਨੇ। ਉਹਦੇ ਲਈ ਉਹ ਚੈੱਕ ਦੇ ਜਿੰਨੇ 40% ਮਿਲਿਆ ਉਹਨਾਂ ਨੂੰ ਇਹ ਖਰਚ ਕਰ ਲੈਣਗੇ, ਇਹ ਉਦੋਂ ਯੂਟੀਲਾਈਜੇਸ਼ਨ ਸਰਟੀਫਿਕੇਟ ਦੇ ਦੇਣਗੇ, ਉੱਦਣ ਹੀ ਉਹਨਾਂ ਨੂੰ ਬਾਕੀ ਪੈਸੇ ਆ ਜਾਣਗੇ। ਇਹ ਕਮੇਟੀ, ਉਹਦੇ 'ਚ ਕਮੇਟੀ ਬਣਨੀ ਹੈ, ਕਮੇਟੀ ਬਣਾ ਕੇ ਉਸ ਤੋਂ ਬਾਅਦ ਅਸੀਂ ਉਹਦਾ ਇਸ਼ੂ ਕਰਾਂਗੇ। ਅਤੇ ਕਮੇਟੀ ਅਜੇ ਤੱਕ ਬਣੀ ਨਹੀਂ ਅਤੇ ਉਹਨੂੰ ਜਲਦੀ ਬਣਾ ਕੇ ਫਿਰ ਕਰ ਲਏ। ਦੇਖੋ ਉਹਨਾਂ ਦਾ ਹੋਰ ਉਹਨਾਂ ਕੋਲ ਕੋਈ ਇਸ਼ੂ ਹੈ ਨਹੀਂ। ਉਹਨਾਂ ਨੇ ਜੋ ਕੁਛ ਦਿੱਲੀ ਵਿੱਚ ਕੀਤਾ ਜਾਂ ਅਨਾਊਂਸ ਕੀਤਾ ਸੀ ਉਹਦੇ 'ਚ 1% ਵੀ ਉਹਨਾਂ ਨੇ ਲਾਗੂ ਨਹੀਂ ਕੀਤਾ। ਉਹ ਆਪਦਾ ਤਾਂ ਦੱਸਦੇ ਵੀ ਅਸੀਂ ਦਿੱਲੀ 'ਚ ਆ ਕੇ ਰਿਹਾ ਕਿ ਆ ਗਿਆ, ਇੱਥੇ ਆ ਕੇ ਉਹ ਇਸ ਤਰ੍ਹਾਂ ਦੀ ਗੱਲਾਂ ਕਰਦੇ ਨੇ ਜਿਹਦਾ ਨਾ ਕੋਈ ਸਿਰ ਨਾ ਪੈਰ ਨਾ ਉਹਦਾ। ਤੁਸੀਂ ਦੇਖਿਆ ਹੋਣਾ ਵੀ ਆ ਜਦੋਂ ਆ ਪੁਲਿਸ ਦੀ ਭਰਤੀ ਹੋ ਰਹੀ ਆ ਇਹਦੇ 'ਚ ਡੋਪ ਟੈਸਟਿੰਗ ਇਸੇ ਕਰਕੇ ਕਰਾਇਆ ਤਾਂ ਕਿ ਜਿਹੜੇ ਨੌਜਵਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ, ਪਤਾ ਲੱਗੇ ਵੀ ਕਿੰਨੇ ਕੁ ਵਾਕਏ ਨਸ਼ੇ ਕਰਦੇ ਨੇ। ਅਤੇ ਅਜੇ ਤੱਕ ਜਿੰਨੇ ਹੋਏ ਨੇ ਉਹ 3% ਨਸ਼ੇ ਕਰਨ ਵਾਲੇ ਬੱਚੇ ਨਿਕਲੇ ਨੇ। ਅਤੇ ਹੁਣ ਦੱਸੋ, ਇਹ ਤਾਂ ਆਮ ਤੌਰ 'ਤੇ ਕਿਸੇ ਵੀ ਦੁਨੀਆ ਚਲੇ ਜਾਓ ਇੰਨੇ ਕੁ ਤਾਂ ਬੱਚੇ ਨਿਕਲ ਹੀ ਆਉਣਗੇ, ਅਤੇ ਜਿੰਨਿਆਂ ਦੀ ਡੋਪ ਟੈਸਟ ਅੱਜ ਹੋਇਆ 3% ਤੋਂ ਵੱਧ ਨਹੀਂ ਨਿਕਲੇ। ਤਾਂ ਇਸ ਕਰਕੇ ਉਹ ਤਾਂ ਸਾਰਾ ਝੂਠ ਦਾ ਪਲੰਦਾ ਹੈ। ਹੁਣ ਸਿਰਫ ਪੰਜਾਬ ਨੂੰ ਬਦਨਾਮ ਔਰ ਪੰਜਾਬ ਦੇ ਨੌਜਵਾਨ ਨੂੰ ਬਦਨਾਮ ਕਰਨ ਲਈ ਸਾਰਾ ਕੁਛ ਕਰ ਰਿਹਾ। ਦਿੜਬਾ ਤੋਂ ਆਜ਼ਾਦ ਟੀਵੀ ਨਿਊਜ਼ ਲਈ ਵਿਨੋਦ ਕੁਮਾਰ ਗੋਇਲ ਦੀ ਰਿਪੋਰਟ।